ਮੈਨੂੰ ਸੇਖੋਂ ਸਾਹਿਬ ਨਾਲ ਮਿਲਦਾ ਦੋ ਕੁ ਵਾਰ ਮੌਕਾ ਮਿਲਿਆ। ਦੋ ਕੁ ਸਹਿਤ ਸਭਾਵਾਂ, ਇੱਕ ਮਾਨਸਾ ਸੀ ਅਤੇ ਇੱਕ ਸ਼ਾਇਦ ਬਰਨਾਲੇ ਵਗੈਰਾ, ਦੋ ਥਾਵਾਂ 'ਤੇ ਮੈਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਸੁਣਿਆ ਉਹਨਾਂ ਨੂੰ ਅਤੇ ਉਹਨਾਂ ਦੀ ਕੁਛ ਕੌਂਪਣੀ ਵੀ ਲੰਬਾ ਸਮਾਂ ਮਾਣੀ ਉਸ ਦਿਨ, ਉਹ ਸਟੇਅ ਕੀਤਾ ਉਹਨਾਂ ਨੇ ਉੱਥੇ। ਅੱਛਾ, ਬਾਕੀ ਗੱਲ ਤਾਤਲਾ ਸਾਹਿਬ ਬਾਰੇ ਮੈਂ ਇਹ ਜ਼ਰੂਰ ਕਹੂੰ ਵੀ ਮੈਨੂੰ ਅਫਸੋਸ ਹੈ ਤਾਤਲਾ ਸਾਹਿਬ ਦੇ ਬਾਰੇ ਵੀ ਅਸਾਂ ਦਿਨ ਫਿਕਸ ਕੀਤਾ ਸੀ ਵੀ ਆ ਰਹੇ ਹਾਂ ਤੁਹਾਡੇ ਕੋਲ ਪਿੰਡ, ਮੈਂ ਅਤੇ ਇੱਕ ਮੇਰਾ ਦੋਸਤ ਰਣਜੀਤ ਸਿੰਘ, ਅਸੀਂ ਦੋਨਾਂ ਨੇ ਜਾਣਾ ਸੀ। ਉਹਨਾਂ ਨੇ ਸਪੈਸ਼ਲ ਕਿਹਾ ਉਹ ਆਪਾਂ ਇੱਥੇ ਦੋ ਦਿਨ ਲਾਉਣੇ ਹੈ। ਤਾਤਲਾ ਸਾਹਿਬ ਨਾਲ ਮੇਰੇ ਕਈ ਸਾਲਾਂ ਦੇ ਸੰਬੰਧ ਸੀ ਪਹਿਲਾਂ, ਅਤੇ ਮਿਲਦੇ ਗਿਲਦੇ ਰਹੇ। ਇੱਕ ਮੈਂ ਲੇਖ ਲਿਖਿਆ ਸੀ ਪੰਜਾਬੀ ਦੇ ਵਿੱਚ ਅਤੇ ਉਹਦਾ ਉਹਨਾਂ ਨੇ ਅੰਗਰੇਜ਼ੀ 'ਚ ਅਨੁਵਾਦ ਕੀਤਾ, ਜਿਹੜਾ ਮੇਰੀ ਅੰਗਰੇਜ਼ੀ 'ਤੇ ਇੱਕ ਕਿਤਾਬ ਹੈ ਪੱਤਰਕਾਰੀ 'ਤੇ, ਉਹਦੇ ਵਿੱਚ ਐਮਬੈਡਡ ਜਰਨਲਿਜ਼ਮ ਵਿੱਚ ਉਹਨਾਂ ਦਾ ਉਹਨਾਂ ਦੁਆਰਾ ਲਿਖਿਆ ਉਹ ਜਿਹੜਾ ਬਹੁਤ ਲੰਬਾ ਲੇਖ ਸੀਗੇ। ਉਹਨਾਂ ਨੇ ਜਿਸ ਤਰੀਕੇ ਨਾਲ 3 ਕੁ ਪੇਜ ਦੇ ਵਿੱਚ ਤਾਤਲਾ ਜੀ ਨੇ ਸਾਰੀ ਗੱਲ ਨੂੰ ਇਕੱਠਾ ਕਰਕੇ ਸਮੇਟਿਆ, ਅਤੇ ਲੈਂਗੁਏਜ ਉਹ ਤਾਂ ਬਹੁਤ ਉਹਨਾਂ ਦੀ ਇਸ ਗੱਲ 'ਤੇ ਇੰਗਲਿਸ਼ ਲੈਂਗੁਏਜ 'ਤੇ ਬਹੁਤ ਗ੍ਰਿਪ ਸੀ ਤਾਤਲਾ ਜੀ ਦਾ, ਉਹ ਮੇਰੀ ਕਿਤਾਬ ਦੇ ਵਿੱਚ ਛਾਪਿਆ। ਫਿਰ ਉਹਨਾਂ ਨੇ ਇੱਕ ਹੋਰ ਲੇਖ ਪੰਜਾਬ ਦੀ ਸਿਚੁਏਸ਼ਨ ਬਾਰੇ, ਪੱਤਰਕਾਰੀ ਬਾਰੇ, ਉਹ ਮੈਂ ਮੇਰਾ ਇੱਕ ਹੋਰ ਲੇਖ ਸੀ ਉਹ ਛੋਟੇ ਜਿਹੇ, ਉਸ ਨੂੰ ਪੜ੍ਹ ਕੇ ਉਹਨਾਂ ਨੇ ਸਮ ਅਪ ਕਰਕੇ ਸਾਰਾ 3 ਕੁ ਪੇਜ 'ਚ ਬਣਾਇਆ, ਉਹ ਵੀ ਕਿਤਾਬ ਦੇ ਵਿੱਚ। ਅਤੇ ਮੈਨੂੰ ਉੱਥੋਂ ਮੈਸੇਜ ਭੇਜਿਆ, ਈਮੇਲ ਕਰਤੇ ਲੇਖ ਦੋਨੋਂ, ਵੀ ਜਿੱਥੇ ਤੇਰਾ ਦਿਲ ਕਰਦਾ ਵਰਤਲਾ। ਇਹ ਉਹਨਾਂ ਦੀ ਵੱਡੀ ਖੂਬੀ ਸੀ, ਇਹ ਨਹੀਂ ਕਿਹਾ ਵੀ ਮੈਨੂੰ ਐਟਰੀਬਿਊਟ ਕਰੋ ਅਤੇ ਮੈਂ ਭੇਜਿਆ ਜਾਂ ਆਪਦੇ ਵੱਲੋਂ ਲਿਖ ਕੇ ਭੇਜਿਆ, ਕਿਉਂਕਿ ਕਈ ਗੱਲਾਂ ਉਹਨਾਂ ਨੇ ਆਪਣੇ ਕੋਲੋਂ ਵੀ ਕਈ ਆਈਡੀਏ ਉਹਦੇ 'ਚ ਪਾਏ ਸਨ। ਹੁਣ ਜਿੱਥੋਂ ਤੱਕ ਸੇਖੋਂ ਸਾਹਿਬ ਦਾ ਸਵਾਲ ਹੈ, ਸੇਖੋਂ ਸਾਹਿਬ ਦਾ ਜਿਹੜਾ ਪਹਿਲੇ ਦੌਰ ਦਾ ਮਾਰਕਸ ਸੀ ਸਾਰਾ, ਉਹਨਾਂ ਦਾ ਆਲੋਚਨਾਤਮਿਕ ਉਹਨਾਂ ਦਾ ਸਫ਼ਰ ਹੈ, ਨਾਟਕ ਹੈ, ਉਹਨਾਂ ਬਾਰੇ ਮੈਂ ਕੋਈ ਬਹੁਤਾ ਨਹੀਂ ਸਮਝਦਾ, ਮੈਂ ਗੱਲ ਕਹਿ ਸਕਦਾ। ਮੈਂ ਉਹਨਾਂ ਦੇ 84 ਤੋਂ ਬਾਅਦ ਜਿਹੜਾ ਉਹਨਾਂ ਦਾ ਮੋੜਾ ਕੱਟਿਆ ਉਹਨਾਂ ਨੇ, ਉਦੋਂ ਬਾਅਦ ਜਿਹੜਾ ਹੋਰ ਬਹੁਤ ਲੋਕਾਂ ਨੇ ਇਸ ਤੋਂ ਮਹਿਸੂਸ ਕੀਤਾ, ਮੈਂ ਉਹਦੇ ਬਾਰੇ ਜ਼ਿਆਦਾ ਗੱਲ ਕਰਨਾ ਚਾਹੁੰਦਾ। ਅਤੇ ਇਹ ਹੈ ਵੀ ਸਾਰੇ ਲੇਖ ਉਸੇ ਦੌਰ ਦੇ ਹੀ, ਉਸੇ ਮੋੜੇ ਕੱਟਣ 'ਚੋਂ ਹੀ ਹੈ, ਉਸੇ ਬਾਰੇ ਹੀ ਆ ਸਾਰਾ ਕੁਛ। ਮੈਨੂੰ ਮੌਕਾ ਮਿਲਿਆ ਪੱਤਰਕਾਰ ਲੈਵਲ 'ਤੇ 82 'ਚ ਜਾ ਕੇ ਉਹ ਸਾਰਾ ਕੁਛ ਕਵਰ ਕਰਨ ਦਾ, ਧਰਮਯੁੱਧ ਮੋਰਚਾ। ਉਹ ਧਰਮਯੁੱਧ ਮੋਰਚੇ ਦੀ ਜਿਹੜੀ ਅਖੀਰ ਹੋਈ, ਉਹ ਹੋਈ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ 'ਚ। ਉਹ ਵੀ ਮੈਂ ਸਾਰਾ ਦੇਖਿਆ ਅੰਮ੍ਰਿਤਸਰ ਦੇ ਅੰਦਰ ਰਹਿ ਕੇ, ਦੂਰ ਸੀ ਬੇਸ਼ੱਕ, ਪਰ ਉਹਨਾਂ ਦੌਰਾਨ ਦੇ ਵਿੱਚ ਜਿਵੇਂ ਅੰਦਰ ਜਾਂਦੇ ਸੀ ਅਤੇ ਉਹ ਸਾਰੇ ਬੰਦਿਆਂ ਦੇ ਚਿਹਰੇ ਕਿਸ ਤਰ੍ਹਾਂ ਸਾਡੇ ਅੱਜ ਵੀ ਮੇਰੇ ਮਨ ਚੇਤਨ ਵਿੱਚ ਉਸੇ ਤਰੀਕੇ ਨਾਲ ਉੱਕਰੇ ਹੋਏ ਹੈ। ਅਤੇ ਉਹਨਾਂ 'ਚੋਂ ਮੈਨੂੰ ਬਾਅਦ 'ਚ ਬਹੁਤੇ ਬੰਦੇ, ਉਦੋਂ ਵੀ ਮੈਨੂੰ ਖਿਆਲ ਸੀ ਅਸੀਂ ਦੂਰ, ਮੈਂ ਗ੍ਰੀਨ ਐਵਨਿਊ 'ਚ ਛੱਤ 'ਤੇ ਚੜ੍ਹ ਕੇ, ਅਸੀਂ ਮੇਰੇ ਨਾਲ ਮੀਰ ਚ ਦੂਜਾ ਚ ਬਰਮ ਚਲਾਨੀ ਸੀ ਉਹਨਾਂ ਦਿਨਾਂ 'ਚ, ਛੱਤ ਉੱਤੇ ਅਸੀਂ ਸਾਰਾ ਕਿਵੇਂ ਲੁਕ ਕੇ ਨੀਵੇਂ ਹੋ ਕੇ ਅਸੀਂ ਸਾਰਾ ਦੇਖਦੇ, ਕਿਉਂਕਿ CRP ਦਾ ਕਰਫਿਊ ਸੀਗਾ ਅਤੇ CRP ਸਾਡੇ ਉਸ ਏਰੀਏ 'ਚ ਵੀ ਕਾਫੀ ਲੰਘਦੀ ਸੀ। ਫਿਰ ਅਸੀਂ ਸਾਰੀ ਰਾਤ ਸੌਣਾ ਤਾਂ ਵੈਸੇ ਬਹੁਤ ਜ਼ਿਆਦਾ ਮੁਸ਼ਕਲ ਸੀ ਲੋਕਾਂ ਨੂੰ, ਘੱਟ ਹੀ ਸੁੱਤੇ ਸਾਰਾ, ਜਿਹੜਾ ਖਾਸ ਕਰਕੇ ਜਿਹੜਾ 6 ਤਰੀਕ ਦੀ ਅਤੇ 5 ਜਾਂ 6 ਦੀ ਰਾਤ ਦੀ ਗੱਲਬਾਤ ਸੀ, ਉੱਦਣ ਤਾਂ ਅਸੀਂ ਫਿਰ ਬਿਲਕੁਲ ਹੀ ਸਾਰੀ ਰਾਤ ਉੱਪਰ ਬੈਠੇ ਰਹੇ। ਫਲੈਸ਼ ਹੁੰਦਾ ਸੀ ਜਿਹੜਾ ਉੱਪਰ ਦਰਬਾਰ ਸਾਹਿਬ ਦੇ, ਅਤੇ ਸਾਨੂੰ ਐਂ ਲੱਗਦਾ ਸੀ ਸਾਰਾ ਕੁਝ ਦਿਖਾਈ ਦੇ ਰਿਹਾ, ਸਾਰੇ ਹੀ ਅੰਮ੍ਰਿਤਸਰ ਦੇ ਵਿੱਚ ਚਾਨਣ ਹੋ ਜਾਂਦਾ ਸੀਗਾ।
ਵੱਡੇ ਫਲੈਸ਼ ਚੱਲਦੇ ਸੀ, ਉਦੋਂ ਪਿੱਛੋਂ ਫਿਰ ਵੱਡੀ ਆਵਾਜ਼ ਆਉਂਦੀ ਜਾਂ ਤੋਪਾਂ ਦੇ ਗੋਲੇ, ਟੈਂਕਾਂ ਦੇ ਗੋਲੇ ਜਾਂ ਕੋਈ ਹੋਰ ਕਿਸਮ ਦਾ ਸਾਰਾ ਜਿਹੜਾ ਚੱਲਦਾ ਸੀਗਾ। ਉਦੋਂ ਪਿੱਛੋਂ ਇਹ ਅਸੀਂ ਜਦੋਂ ਦੇਖਦੇ ਰਹੇ ਸਾਰਾ ਕੁਛ, ਸਾਰਿਆਂ ਨੂੰ ਬੜਾ ਲੱਗਦਾ ਸੀ ਵੀ ਇਹ ਸਾਰੀ ਗੱਲ ਕਿਵੇਂ ਹੋ ਗਈ। ਉਦੋਂ ਤੋਂ ਸਭ ਝੰਜੋੜੇ ਗਏ ਅਤੇ ਸੰਤ ਸਿੰਘ ਸਿੱਖੋਂ ਇਹ ਵੀ ਇਸ ਉੱਤੇ ਸਾਰੀ ਗੱਲ ਉੱਤੇ ਕਿਸੇ ਨੇ ਫਿਰ ਉਹਦਾ ਮਤ ਉਸ ਗੱਲ ਨਾਲ ਸਮਝੌਤਾ ਜਾਂ ਕੰਪਰੋਮਾਈਜ਼ ਕਰਨਾ ਔਖਾ ਲੱਗਿਆ ਸਾਰਾ। ਉਦੋਂ ਪਿੱਛੋਂ ਸਾਰਿਆਂ ਦੀ ਜਿਹੜੇ ਲੈਫਟ ਨਾਲ ਕੋਈ ਬੈਕਗਰਾਊਂਡ ਰੱਖਦੇ ਸੀ, ਅਸੀਂ ਵੀ ਲੈਫਟ ਨਾਲ ਮੈਂ ਜੁੜਿਆ ਰਿਹਾ 67 ਤੋਂ ਹੀ ਕਿਸੇ ਲੈਵਲ 'ਤੇ ਉਹਨਾਂ ਦਿਨਾਂ 'ਚ ਜੁੜੇ ਰਹੇ। ਉਹ ਸਾਰੀ ਚੀਜ਼ ਹੀ ਸਾਡੀ ਨੂੰ ਰਿਵਿਊ ਕਰਨਾ ਪਿਆ। ਰਿਵਿਊ ਇਹ ਬੇਸ਼ੱਕ ਮੈਂ ਉਦੋਂ ਪਿੱਛੋਂ ਫਿਰ ਮੇਰੀ ਬਦਲੀ ਹੋਣ ਤੋਂ ਬਾਅਦ ਮੈਂ ਦਿੱਲੀ ਚਲਾ ਗਿਆ 87 ਤੋਂ, ਪਰ ਫਿਰ ਵੀ ਜਿਹੜੇ ਇਹ ਦਰਬਾਰ ਸਾਹਿਬ ਦਾ ਸਾਕਾ ਸੀ ਇਹ ਇਸੇ ਤਰੀਕੇ ਨਾਲ ਮੇਰੇ ਨਾਲ ਜੁੜਿਆ ਰਿਹਾ, ਜਿਹੜਾ ਮੈਂ ਇੱਕ ਕਿਤਾਬ ਦੇ ਰੂਪ 'ਚ ਵੀ ਉਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਉਸ ਵੇਲੇ ਦੀ ਮੈਨੂੰ ਸਮਝ ਸੀ। ਅਤੇ ਬਾਕੀ ਪਰ ਇਹ ਜ਼ਰੂਰ ਆ ਵੀ ਇਹ ਸਾਨੂੰ ਰਿਵਿਊ ਕਰਨਾ ਪਿਆ ਸਾਰੀ ਗੱਲ ਨੂੰ। ਉੱਥੇ ਵੀ ਮੈਂ ਜ਼ਿਆਦਾ ਲੈਫਟ ਨਾਲ ਜੁੜਿਆ ਰਿਹਾ, ਪਰ ਫਿਰ ਵੀ ਮੈਨੂੰ ਇਹ ਹੋਇਆ ਵੀ ਲੈਫਟ ਦੀ ਜਿਹੜੀ ਸਮਝ ਹੈ, ਜਿਵੇਂ ਸੇਖੋਂ ਸਾਹਿਬ ਨੇ ਵੀ ਸਾਰਾ ਕੁਛ ਵੱਖਰੇ ਤਰੀਕੇ ਨਾਲ ਲਿਆ, ਉਸ ਤੋਂ ਬਾਅਦ ਸਾਰੀ ਚੀਜ਼ ਨੂੰ ਪੁੱਟ ਕਰਨ ਦਾ ਤੌਰ ਤਰੀਕਾ ਉਹਨਾਂ ਦਾ ਵੱਖਰਾ। ਭਾਵੇਂ ਉਹਨਾਂ ਉੱਤੇ ਪਹਿਲਾਂ ਦੇ ਕਈ ਦੋਸ਼ ਸਿੱਖਾਂ ਵੱਲੋਂ ਵੀ ਲਾਏ ਜਾਂਦੇ ਸੀ ਵੀ ਪੰਜਾਬੀ ਦਾ ਇਹ ਕਹਿੰਦੇ ਆ ਵੀ ਦੂਜੇ ਪਾਸੇ ਇਸ ਤੋਂ ਦੂਜੀ ਹਿੰਦੀ ਤੋਂ ਲਓ, ਹਿੰਦੀ ਨਾਲ ਜੋੜੋ, ਸ਼ਾਸਤ ਫਾਰਸੀ ਨੂੰ ਛੱਡੋ, ਇਹ ਸਾਰਾ ਕਿਸਮ ਦਾ ਉਹਨਾਂ ਦੇ ਉੱਤੇ ਜੋ ਲੱਗਦੇ ਰਹੇ ਆ। ਪਰ ਇਦੋਂ ਬਾਅਦ ਉਹਨਾਂ ਦਾ ਸਾਰਾ ਜਿਹੜਾ ਸਮਝਣ ਦੀ ਕੋਸ਼ਿਸ਼ ਹੈ ਉਹ ਆਪਣੇ ਆਪ ਵਿੱਚ ਬੜੀ ਮਹਾਨ ਕੋਸ਼ਿਸ਼ ਸੀ। ਇਸ ਕਰਕੇ ਫਿਰ ਅਸੀਂ ਵੀ ਹੋਰ ਜਿਹੜੇ ਮੇਰੇ ਵਰਗੇ ਸੱਜਣ ਸੀ ਜਿਹੜੀ ਨੂੰ ਮੈਂ ਜ਼ਿਆਦਾ ਸਾਂਝ ਸਮਝਦਾ, ਲੇਖਾਂ 'ਚੋਂ ਮੈਨੂੰ ਜ਼ਿਆਦਾ ਲੱਗਿਆ, ਉਹ ਮੈਂ ਇਹੀ ਸਾਂਝ ਸਮਝਦਾ ਵੀ ਅਸੀਂ ਵੀ ਇਸੇ ਤਰੀਕੇ ਨਾਲ ਸਮਝਣ ਲੱਗ ਗਏ। ਉਹ ਉਸੇ ਕਿਸਮ ਦਾ ਹੀ ਸਾਡੇ ਮਨ 'ਚ ਆਉਣ ਲੱਗ ਗਿਆ ਵੀ ਸੇਖੋਂ ਸਾਹਿਬ ਠੀਕ ਹੈ। ਅਤੇ ਇੱਕ ਤਰੀਕੇ ਨਾਲ ਜਿਹੜੇ ਸਾਡੇ ਬਦਲਦੇ ਆਪਦੇ ਵਿਚਾਰ ਸੀ ਉਹਨਾਂ ਨੂੰ ਐਡੇ ਵੱਡੇ ਇੱਕ ਲੇਖਕ ਤੋਂ, ਵੱਡੇ ਵਿਅਕਤੀ ਤੋਂ ਸਾਨੂੰ ਉਹਨਾਂ ਦੀ ਐਂਡੋਰਸਮੈਂਟ ਹੁੰਦੀ ਰਹੀ, ਪ੍ਰੋੜਤਾ ਮਿਲਦੀ ਰਹੀ, ਅਤੇ ਇਹ ਵੀ ਆਪਣੇ ਆਪ 'ਚ ਮੈਨੂੰ ਲੱਗਿਆ। ਪਰ ਫਿਰ ਵੀ ਇਹ ਬੜੀ ਇੱਕ ਹਾਸੋਹੀਣੀ ਗੱਲ ਕਹਿ ਦਿਓ ਜਾਂ ਇੱਕ ਸਾਡੀ ਮਾਨਸਿਕ ਲੈਵਲ ਦੀ ਸੋਚਣ ਦੀ ਇੱਕ ਜੜਤਾ ਲੈ ਲਓ ਵੀ ਜੇ ਕੋਈ ਲੈਫਟ ਨਾਲ ਹੈ ਤਾਂ ਲੈਫਟ ਵਾਂਗੂ ਹੀ ਸੋਚਦਾ, ਬੇਸ਼ੱਕ ਹਾਲਾਤ ਬਦਲ ਲਏ, ਪੁਜੀਸ਼ਨਾਂ ਬਦਲ ਲਏ, ਉਹਦੇ ਪੈਟਰਨ ਜਿਹੜਾ ਸੋਚਣ ਦਾ ਉਹਦੇ 'ਚ ਬਹੁਤੀ ਤਬਦੀਲੀ ਨਹੀਂ ਆਉਂਦੀ। ਇਹ ਜਿਹੜਾ ਹੁਣ ਇਸ ਨੂੰ ਸਮਝਣਾ ਹੋਵੇ ਤਾਂ ਜਿਹੜੀ ਹੁਣ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਦਿੱਲੀ ਦੇ ਉੱਤੇ ਕਿਸਾਨ ਮੋਰਚਾ ਲੱਗਿਆ ਤਾਂ ਉਹਦੇ ਵਿੱਚ ਲੈਫਟ ਵੱਲੋਂ ਹੀ ਲੀਡ ਕੀਤਾ ਸੀਗਾ। ਲੀਡ ਕਰਦੇ ਹੋਏ ਵੀ ਉਹਨਾਂ ਨੇ ਲੈਫਟ ਨੇ ਲੀਡ ਕੀਤਾ, ਉਹਨਾਂ ਕੋਲ ਹੀ ਉਹਨਾਂ ਦਾ ਕੰਟਰੋਲ ਸੀ, ਪਰ ਉਹਨਾਂ ਨੇ ਜਿਹੜੇ ਉਸ ਕਿਸਮ ਦੇ ਉਹਨਾਂ ਦੇ ਫਾਲੋਅਰ ਸੀ ਜਾਂ ਉਹਨਾਂ ਦੀ ਫੌਜ ਸੀ ਜਾਂ ਜਿਹਨੂੰ ਮੋਬਲਾਈਜ਼ ਕਰਕੇ ਗਏ, ਉਹ ਸਾਰੇ ਬਹੁਤਾ ਛੋਟੀ ਕਿਸਾਨੀ 'ਚੋਂ ਸੀਗੇ ਜਾਂ ਪਿੰਡਾਂ 'ਚੋਂ ਗਏ ਸੀ। ਅਤੇ ਪਿੰਡਾਂ ਦਾ ਜਿਹੜਾ ਸਿੱਖੀ ਮੁਹਾਵਰੇ ਵਿੱਚ ਉਹ ਪੂਰੇ ਆਪਣੇ ਆਪ ਵਿੱਚ ਗੜੁੱਚ ਸੀ, ਸਾਰਾ ਉਹ ਸਿੱਖੀ ਮੁਹਾਵਰੇ ਦੇ ਲੋਕ ਸੀ। ਇਸੇ ਕਰਕੇ ਬਿਗਨਿੰਗ ਦੇ ਵਿੱਚ ਉਹਨਾਂ ਦਾ ਥਿੰਕਿੰਗ ਪੈਟਰਨ ਲੈਫਟ ਦਾ ਇਸ ਕਿਸਮ ਦਾ ਰਿਹਾ, ਲੈਫਟ ਲੀਡਰਸ਼ਿਪ ਦਾ ਵੀ ਉਹ ਬੋਲੇ ਸੌ ਨਿਹਾਲ ਨਹੀਂ ਸੀ ਕਹਿਣ ਦਿੰਦੇ, ਸਟੇਜ ਉੱਤੇ ਨਾਅਰੇ ਨਹੀਂ ਸੀ ਲਾਉਣ ਦਿੰਦੇ, ਚੜ੍ਹਨ ਨਹੀਂ ਸੀ ਦਿੰਦੇ। ਅਤੇ ਅਸੀਂ ਇਹ ਮੈਂ ਕੋਈ ਸੁਣ ਸੁਣਾ ਕੇ ਨਹੀਂ ਗੱਲ ਕਰਦਾ, ਪਹਿਲੇ ਦਿਨਾਂ 'ਚ ਮੈਨੂੰ ਵੀ ਕੁਝ ਸਾਡੇ ਇੱਥੇ ਬੈਠੇ ਸੱਜਣਾਂ ਨਾਲ ਜਾਣ ਦਾ ਮੌਕਾ ਮਿਲਿਆ। ਉਦੋਂ ਅਸੀਂ
ਕੋਸ਼ਿਸ਼ ਵੀ ਥੇਰੀ ਕੀਤੀ ਆ, ਟੀਕਰੀ ਬਾਰਡਰ ਉੱਤੇ ਵੀ ਜਾ ਕੇ ਅਸੀਂ ਉਹਨਾਂ ਦੀ ਸਟੇਜ ਉੱਤੇ ਕੋਈ ਗੱਲ ਕਰੀਏ ਜਾਂ ਉੱਥੇ ਖੜੀਏ, ਅਤੇ ਅਸੀਂ ਬਹੁਤ ਦੂਰ ਖੜਨਾ ਪੈਂਦਾ ਸੀ ਟੀਕਰੀ ਵਾਲੀ ਸਟੇਜ ਤੋਂ ਜਿੱਥੇ ਉਗਰਾਹਾਂ ਦਾ ਸੀ, ਅਤੇ ਉਹ ਬਿਲਕੁਲ ਨਹੀਂ ਸੀ ਬੋਲਣ ਦਿੰਦੇ। ਅਤੇ ਪਿੱਛੋਂ ਸਾਲ ਡੇਢ ਸਾਲ ਦੇ ਵਿੱਚ ਹਾਲਾਤ, ਸਾਲ ਕੁ ਦੇ ਵਿੱਚ ਹਾਲਾਤ ਬਦਲ ਗਏ ਸੀ, ਉਹ ਸਾਰਾ ਕੁਛ ਹੀ ਕਰਨ ਲੱਗ ਗਏ। ਬੰਦਾ ਬਹਾਦਰ ਬਾਰੇ ਵੀ ਉਹਨਾਂ ਨੇ ਸਾਰਾ ਕੁਛ, ਉਹਦੇ ਵੱਡੇ ਪੋਸਟਰ ਵੀ ਲਾਏ ਅਤੇ ਦਿਨ ਵੀ ਮਨਾਇਆ ਗਿਆ, ਹੋਰ ਵੀ ਦਿਨ ਮਨਾਉਣ ਲੱਗ ਗਏ ਇਹ। ਪਰ ਇਹ ਜਿਹੜੀ ਹੁਣ ਜਿਹੜੀ ਇਸ ਕਿਸਮ ਦੀ ਬਦਲੀ ਹੋਈ ਪ੍ਰਸਥਿਤੀ ਸੀ, ਉਹ ਫਿਰ ਆ ਕੇ ਜਦੋਂ ਵਾਪਸ ਆ ਗਏ ਤਾਂ ਫਿਰ ਉੱਥੇ ਹੀ ਖੜੀ ਹੈ। ਉਹ ਆ ਕੇ ਸੋਚਣ ਦਾ ਪੈਟਰਨ ਨਹੀਂ ਬਦਲਿਆ ਆ ਕੇ, ਕਿਉਂਕਿ ਫਾਰਮੂਲਿਆਂ 'ਤੇ ਜਿਹੜਾ ਲੈਫਟ ਦੀ ਇੱਕ ਮਾਫ਼ ਕਰਨਾ ਚਾਹੁੰਦਾ, ਲੈਫਟ ਦੇ ਸਾਡੇ ਸਾਰੇ ਬੰਦੇ ਹੈ, ਕੋਈ ਮੈਂ ਕ੍ਰਿਟੀਸਿਜ਼ਮ ਲੈਵਲ 'ਤੇ ਨਹੀਂ ਕਹਿੰਦਾ ਇਸ ਲੈਵਲ 'ਤੇ ਪਰ ਇਹ ਜ਼ਰੂਰ ਹੈ ਵੀ ਫਾਰਮੂਲੇ ਦਾ ਜਿਹੜਾ ਤਰੀਕੇ ਨਾਲ ਅਸੀਂ ਮਾਰਕਸਿਜ਼ਮ ਨੂੰ ਜਾਂ ਸਾਰੀ ਗੱਲ ਨੂੰ ਲੈਫਟ ਦੇਖਦਾ, ਉਹ ਫਾਰਮੂਲੇ 'ਚੋਂ ਨਿਕਲਦਾ ਹੀ ਨਹੀਂ ਬਾਹਰ। ਅਤੇ ਇਸੇ ਫਾਰਮੂਲੇ ਕਰਕੇ ਹੀ ਤੁਸੀਂ ਇਹ ਦੇਖੋ, ਇਹ ਫਾਰਮੂਲੇ ਹੀ ਸੀ ਜਿਹਨਾਂ ਦਿਨਾਂ ਦੇ ਵਿੱਚ ਜੇ ਅਸੀਂ ਥੋੜ੍ਹਾ ਕਿਨਾ ਕ੍ਰਿਟੀਸਿਜ਼ਮ, ਮੈਂ ਪਰਸਨਲ ਕ੍ਰਿਟੀਸਿਜ਼ਮ ਲਿਖਣ ਲੱਗਿਆ ਤਾਂ ਫਿਰ ਮੈਨੂੰ, ਮੈਂ ਆਪਣੇ ਸ਼ਹਿਰ ਦੇ ਵਿੱਚ ਬਠਿੰਡੇ ਜਿੱਥੇ ਮੈਂ ਪੜ੍ਹਿਆ ਜੰਮਿਆ ਪਲਿਆ ਸਾਰਾ ਉੱਥੇ ਬਠਿੰਡੇ ਸ਼ਹਿਰ 'ਚ, ਮੈਂ ਉਸ ਜਮਹੂਰੀਅਤ ਕਾਰ ਸਭਾ ਦੀ ਇੱਕ ਪ੍ਰੋਗਰਾਮ 'ਤੇ ਗਿਆ ਜਿਹਦਾ ਕਿ ਮੈਂ ਫਾਊਂਡਰ ਦੇ ਵਿੱਚੋਂ ਸੀ ਇੱਕ ਉਹਨਾਂ ਦੇ 'ਚੋਂ, 78 ਦੇ ਵਿੱਚ ਅਸੀਂ ਜਮਹੂਰੀ ਅਧਾਰ ਸਭਾ ਬਣਾਈ ਬਠਿੰਡੇ। ਤਾਂ ਉਹਨਾਂ ਨੇ ਮੈਨੂੰ ਸਟੇਜ 'ਤੇ ਨਾ ਬਣ ਦਿੱਤਾ, ਦਿੱਲੀ ਤੋਂ ਇੱਕ ਪ੍ਰੈਸ ਮੀਡੀਆ ਦਾ ਫੰਕਸ਼ਨ ਸੀ ਅਤੇ ਦਿੱਲੀ ਤੋਂ ਅਨਿਲ ਚਮੜੀ ਆਇਆ ਸੀ ਉੱਥੇ ਸਾਡੇ ਪ੍ਰੈਸ ਦਾ ਕ੍ਰਿਟੀਕ ਕਾਫੀ ਲੈ ਕੇ। ਅਤੇ ਉਹ ਮੈਂ ਪਾਸੇ ਦੀ ਗੱਲ ਥੋੜ੍ਹਾ ਸੁਣਾ ਛੋਟੀ ਕਰਨਾ ਚਾਹੁੰਦਾ। ਉੱਥੇ ਇਹ ਹੋਇਆ ਬਈ ਉਹ ਅਸੀਂ ਦੋਨੋਂ ਉੱਥੇ ਦਿੱਲੀ 'ਚ ਇਕੱਠੇ ਕੰਮ ਕਰਦੇ ਸੀ ਪ੍ਰੈਸ ਸਾਈਡ 'ਤੇ, ਤਾਂ ਉਹ ਮੈਨੂੰ ਕਹਿਣ ਲੱਗਿਆ ਵੀ ਤੂੰ ਇੱਥੇ ਬਠਿੰਡੇ ਆਇਆ ਤਾਂ ਮੈਂ ਫੰਕਸ਼ਨ 'ਤੇ ਆ ਰਿਹਾ ਅਤੇ ਆਪਾਂ ਆਈ, ਮੈਂ ਵੀ ਉੱਥੇ ਟੀਚਰ ਹੋਮ 'ਚ ਚਲਾ ਗਿਆ। ਤਾਂ ਉਹ ਮੈਨੂੰ ਕਹੇ ਵੀ ਇਹਨੂੰ ਬੁਲਾਓ ਸਟੇਜ ਤੋਂ ਬੋਲੀ ਜਾਵੇ, ਪਰ ਦੂਜੇ ਪਾਸੇ ਵਾਲੇ ਸਾਡੇ ਸਾਥੀ ਕੁਛ ਫਾਰਮੂਲਿਆਂ ਦੇ ਸ਼ਿਕਾਰ, ਅਤੇ ਉਹ ਉਹਨਾਂ ਨੇ ਬੁਲਾਉਣਾ ਕੀ ਸੀ, ਚਲੋ ਠੀਕ ਆ ਮੈਨੂੰ ਸਮਝ ਆ ਗਈ ਸੀ, ਮੈਂ ਉਹ ਇਸ਼ਾਰੇ ਵੀ ਕੀਤੇ ਵੀ ਨਹੀਂ ਇਹਨਾਂ ਨੇ ਨਹੀਂ ਮੈਨੂੰ ਇੱਥੇ ਬੋਲਣ ਦੇਣਾ। ਅਤੇ ਮੀਡੀਆ ਦੇ ਜਵਾਬ ਸੀ, ਅਤੇ ਬੈਨਰ ਇਸੇ ਤਰੀਕੇ ਨਾਲ ਪਿੱਛੇ ਲੱਗਿਆ ਵਾ ਸੀ ਵੱਡਾ ਮੀਡੀਆ ਦੇ ਇਸ਼ੂ ਦੇ ਉੱਤੇ। ਅਤੇ ਆਖੀਰ ਕੀ ਹੋਇਆ ਵੀ ਮੈਂ ਬਾਹਰ ਬਾਥਰੂਮ ਤੋਂ ਜਾਣ ਲੱਗਿਆ ਤਾਂ ਪਿੱਛੇ ਮੇਰੇ ਇੱਕ ਸਾਥੀ, ਮੇਰੇ ਹੀ ਕਲਾਸ ਫੈਲੋ ਸੀ ਉਹ ਪਹਿਲਾਂ ਰਜਿੰਦਰਾ ਕਾਲਜ ਦੇ, ਉਹ ਪਿੱਛੇ ਦੌੜ ਕੇ ਆਇਆ ਅਤੇ ਉਹ ਮੈਨੂੰ ਕਹਿਣ ਲੱਗਿਆ ਵੀ ਅਸੀਂ ਤੈਨੂੰ ਤਾਂ ਨਹੀਂ ਬੁਲਾਉਂਦੇ ਇੱਥੇ ਵੀ ਕਿਤੇ ਤੂੰ ਖਾਲਿਸਤਾਨ ਦੀ ਗੱਲ ਨਾ ਕਰੇ। ਮਤਲਬ ਕਿ ਇਸ ਕਿਸਮ ਦੀ ਪਰਸੈਪਸ਼ਨ ਜਿਹੜੀ ਲੈਫਟ ਨੇ ਫਾਰਮੂਲਿਆਂ ਦੀ ਪਰਸੈਪਸ਼ਨ ਬਣਾਈ ਹੈ, ਤਾਂ ਉਹ ਇਹਦੇ 'ਚ ਇੱਕ ਤਾਦਲਾ ਸਾਹਿਬ ਦਾ ਜਿਹੜਾ ਲੇਖ ਹੈ ਉਹਦੇ ਵਿੱਚ ਇਹ ਬੜੀ ਗੱਲ ਹੈ ਵੀ ਜਿਸ ਤਰੀਕੇ ਨਾਲ ਆਮ ਸਧਾਰਨ ਸਿੱਖ ਝੰਜੋੜਿਆ ਗਿਆ ਸੀ, ਆਮ ਸਿੱਖ ਨੂੰ ਸਮਝ ਨਹੀਂ ਸੀ ਆਉਂਦੀ ਵੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਹੋਇਆ ਕੀ ਹੈ, ਇਹ ਹੋ ਕੀ ਗਿਆ ਸਾਡੇ ਲਈ, ਸਾਡੇ ਨਾਲ ਸਾਡਾ ਇੰਨਾ ਧੱਕਾ ਕਿਵੇਂ ਹੋ ਗਿਆ। ਅਤੇ ਠੀਕ ਹੈ ਫਿਜ਼ੀਕਲੀ ਵੀ ਹੋਇਆ, ਬਲੱਡ ਸ਼ੈੱਡ ਵੀ ਹੋਇਆ, ਪਰ ਉਹਨੂੰ ਇਮੋਸ਼ਨ ਲੈਵਲ 'ਤੇ ਹਿੱਲ ਗਿਆ ਸੀ। ਤਾਂ ਸਾਡੇ ਲੈਫਟ ਵਾਲਿਆਂ ਦਾ ਬਣਦਾ ਸੀ ਐਡਵਾਂਸ ਸੀ ਥਿੰਕਿੰਗ ਲੈਵਲ 'ਤੇ, ਤਾਂ ਬਾਹਰ ਵਿਦੇਸ਼ਾਂ ਵਿੱਚ ਵੀ ਅਤੇ ਇੱਥੇ ਵੀ ਉਹਨਾਂ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਤਾਂ ਆਮ ਸਿੱਖ ਨੂੰ ਸਮਝਿਆ ਅਤੇ ਨਾ ਤਰਜਮਾਨੀ ਦੀ, ਤਾਂ ਬਹੁਤ ਦੂਰ ਦੀ ਗੱਲ ਹੈ ਵੀ ਉਹਦੇ ਇਮੋਸ਼ਨ ਦੀ ਤਰਜਮਾਨੀ ਕਰਨੀ ਸੀ, ਇਸ ਕਰਕੇ ਇਹਨਾਂ ਨੇ ਸਮਝਿਆ ਨਹੀਂ ਉਹਨੂੰ। ਅਤੇ ਇਹ ਜਿਹੜੀ ਪ੍ਰੋਬਲਮ ਰਹੀ ਹੈ ਉਹ ਅੱਜ ਤੱਕ ਵੀ ਰਹੀ ਹੈ, ਜਿਹਦੇ ਵਿੱਚ ਅਸੀਂ ਵੀ ਸੇਖੋਂ ਸਾਹਿਬ ਦੇ ਵਿਰੁੱਧ ਵੀ ਜੇ ਸੁਣਦੇ ਰਹੇ ਹਾਂ ਸਾਰਾ ਕੁਛ ਵੀ ਇਹ ਕਿੱਥੇ ਚਲੇ ਗਏ, ਅਤੇ ਅਸੀਂ ਖੁਦ ਇਹ ਹੱਡੀ ਹੰਢਾਇਆ ਅਤੇ ਇਹਨਾਂ ਸਟੇਜਾਂ ਦੇ ਉੱਤੇ ਸਾਨੂੰ ਅਸੀਂ ਮਤਲਬ ਕਿ ਕਬੂਲ ਨਹੀਂ ਸੀ ਸਾਰੇ, ਇਹ ਤਾਂ ਇਹਨਾਂ ਦੀ ਗੱਲਬਾਤ ਹੈ। ਦੂਜੀ ਹੁਣ ਗੱਲ ਤਾਤਲਾ ਸਾਹਿਬ ਦੀ
ਸਭ ਤੋਂ ਸਿਹਰਦਤਾ ਦੇ ਬਾਰੇ ਰਾਹੀ ਸਾਹਿਬ ਨੇ ਕਾਫੀ ਡਿਟੇਲ 'ਚ ਗੱਲ ਕੀਤੀ ਆ, ਬਹੁਤ ਸਿਹਰਦ ਸੀ ਸਾਰੇ ਗੱਲ ਦੇ ਬਾਰੇ, ਅਤੇ ਕਾਫੀ ਹਿਸਟਰੀ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਬਹੁਤ ਜ਼ਰੂਰਤ ਕੀਤੀ ਆ। ਪਰ ਥੋੜ੍ਹਾ ਜਿਹਾ ਇੱਕ ਕਈ ਗੱਲਾਂ 'ਤੇ ਹੁਣ ਇਸ ਗੱਲ ਉੱਤੇ ਸਾਨੂੰ ਗੱਲਾਂ ਕਈ ਖਲਦੀਆਂ ਥੋੜ੍ਹੀਆਂ ਜਿਹੀਆਂ ਲੱਗਦੀਆਂ, ਜਿਵੇਂ ਜਰਨਲਾਈਜੇਸ਼ਨ ਅਸੀਂ ਕਰਦੇ ਹਾਂ 18ਵੀਂ ਸਦੀ ਦੀ ਜਰਨਲਾਈਜੇਸ਼ਨ ਸੇਖੋਂ ਸਾਹਿਬ ਨੇ ਵੀ ਕੀਤੀ ਆ ਕਈ ਗੱਲਾਂ 'ਚ। ਹਿਸਟਰੀ ਨੂੰ ਉਵੇਂ ਦੇ ਉਵੇਂ ਲੈਣਾ, ਜਿਵੇਂ ਇਹ ਆ ਵੀ ਅਸੀਂ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਬਲਕਿ ਜੋ ਜੋ ਸਾਨੂੰ ਵੀ ਸਾਡਾ ਜੋ ਜੋ ਸਾਡਾ ਨੁਕਸਾਨ ਹੋਊਗਾ ਅਤੇ ਅਸੀਂ ਓਨਾ ਹੀ ਜ਼ਿਆਦਾ ਅਸੀਂ ਅੱਗੇ ਵਧਾਂਗੇ ਫੁੱਲਾਂਗੇ, ਸਾਰਾ ਕੁਛ ਹਿਸਟਰੀ 18ਵੀਂ ਸਦੀ ਦੀ। ਪਰ ਹੁਣ ਨਹੀਂ ਐਂ ਹੋ ਰਿਹਾ, ਬਿਲਕੁਲ ਨਹੀਂ ਉਸੇ ਤਰੀਕੇ ਦਾ। ਹੁਣ ਸਾਰੀ ਸਿਚੁਏਸ਼ਨ ਬਦਲ ਗਈ ਅਤੇ ਇਹਦੇ 'ਤੇ ਰਮੀਲਾ ਥਾਪਰ ਵੀ ਬਹੁਤ ਜ਼ੋਰ ਸ਼ੋਰ ਨਾਲ ਉਹਦਾ ਹੈ ਵੀ ਹਿਸਟਰੀ ਕਿਸੇ ਸਿਚੁਏਸ਼ਨ ਵਿੱਚ ਜਿਹੜੇ ਹਿਸਟੋਰੀਕਲ ਜੋ ਈਵੈਂਟ ਹੁੰਦੇ ਆ ਉਹ ਰਿਪੀਟ ਨਹੀਂ ਹੁੰਦੇ ਐਜ਼ ਸੱਚ, ਇਹ ਸਿਚੁਏਸ਼ਨ ਦੀ ਪ੍ਰੋਡਕਟ ਹੁੰਦੇ ਆ, ਸਿਚੁਏਸ਼ਨ 'ਚ ਬਦਲ ਜਾਂਦੇ ਆ। ਕਈ ਵਾਰੀ ਸਿਚੁਏਸ਼ਨਾਂ ਇੰਨੀਆਂ ਬਦਲ ਜਾਂਦੀਆਂ ਵੀ ਉਹ ਕਹਾਣੀਆਂ ਰਹਿ ਜਾਂਦੀਆਂ। ਹੁਣ 18ਵੀਂ ਸਦੀ ਦੀਆਂ ਸਾਡੀਆਂ ਗੱਲਾਂ, ਹੁਣ ਸਿੱਖ ਪਹਿਲਾਂ 18ਵੀਂ ਸਦੀ ਦਾ ਰਿਹਾ ਹੀ ਨਹੀਂ, ਹੁਣ ਸਿੱਖ ਦੇ ਉੱਤੇ ਜੇ ਸਿੱਖ ਨੇ ਲੜਨਾ ਹੋਰ ਤਰੀਕੇ ਨਾਲ ਲੜੂ। ਤਾਂ ਇੱਥੇ ਅਸੀਂ ਹਮਾਸ ਦੀ ਐਗਜ਼ਾਮਪਲ ਲੈ ਲਈਏ, ਹਮਾਸ ਲੁਧਿਆਣਾ ਜਿਹੜਾ ਸਾਰਾ ਏਰੀਆ ਉਹਦਾ ਪਾਪੂਲੇਸ਼ਨ ਇੱਦੂ ਘੱਟ ਹੈ, ਲੁਧਿਆਣੇ ਦੀ ਸ਼ਾਇਦ ਗਰੇਵਾਲ ਸਾਹਿਬ ਬੈਠੇ ਆ ਜ਼ਿਆਦਾ, ਉਹਦੀ 23 ਲੱਖ ਪਾਪੂਲੇਸ਼ਨ ਹੈ ਗਾਜ਼ਾ ਦੀ, ਉਨਾ ਕੁ ਸਾਰਾ ਏਰੀਆ ਬਣਦਾ। ਪਰ 67 ਦੀ ਗੱਲ ਹੈ, 1967 ਦੇ ਵਿੱਚ ਉਹਨੂੰ ਜੋਰਡਨ ਅਤੇ ਹੋਰ ਸੀਰੀਆ ਅਤੇ ਹੋਰ ਸਾਰੇ ਕੰਟਰੀ ਇਕੱਠੇ ਹੋ ਕੇ ਲੜੇ ਸੀ, ਇਜ਼ਰਾਈਲ ਨੇ 7 ਦਿਨਾਂ ਦੇ ਅੰਦਰ ਅੰਦਰ ਹਰਾਤੇ ਸੀ, 67 'ਚ ਕਿਤੇ ਨਹੀਂ ਸੀ। ਹੁਣ ਉਹੀ ਹਮਾਸ ਹੈ ਜਿਹੜਾ ਸਟੇਟਲੈਸ ਹੈ, ਜਿਹਦੇ ਕੋਲ ਸਟੇਟ ਵੀ ਹੈ ਨਹੀਂ, ਸਟੇਟਲੈਸ ਪਲੇਅਰ ਹੈ ਸਾਰੇ, ਉਹ ਕਿਵੇਂ ਲੜ ਰਹੇ ਹੈ, ਹਾਲਾਤ ਕਿਵੇਂ ਬਦਲ ਗਏ ਆ ਸਾਰੇ। ਉਹ 67 ਵਾਲੇ ਵੀ ਫਲਸਤੀਨ ਸੀਗੇ ਹੀ ਸਾਰਾ, ਉਦੋਂ ਸਪੋਰਟਰ ਸੀਗੇ ਸਾਰੇ, ਹੁਣ ਕੀ ਬਦਲ ਗਿਆ? ਇਸ ਕਰਕੇ ਹਾਲਾਤ ਬਦਲ ਜਾਂਦੇ ਆ, ਨਾ ਰਿਪੀਟ ਹੁੰਦੇ ਆ, ਨਾ ਉਹ ਗੱਲ ਮੁੜ ਕੇ ਬਦਲਦੀ ਹੈ। ਇਸੇ ਕਰਕੇ ਸਾਡੀ 18ਵੀਂ ਸਦੀ ਨੂੰ ਜਿਸ ਤਰੀਕੇ ਨਾਲ ਸੇਖੋਂ ਸਾਹਿਬ ਪੁਰਾਣੀਆਂ ਹਿਸਟੋਰੀਕਲ ਜਰਨਲਾਈਜੇਸ਼ਨ ਕਿਤੇ ਕਿਤੇ ਆ, ਬਹੁਤੀਆਂ ਨਹੀਂ, ਉਹ ਲੈ ਕੇ ਆਉਂਦੇ ਆ, ਉਹ ਐਂ ਲੱਗਦਾ ਵੀ ਗਰਜਾ ਸਿੰਘ ਬੋਤਾ ਸਿੰਘ ਕਹਾਣੀ ਆਉਂਦੀ ਹੈ, ਇੱਕ ਇੰਸਪੀਰੇਸ਼ਨਲ ਇੰਸੀਡੈਂਟ ਹੈ। ਪਰ ਉਵੇਂ ਰਿਪੀਟ ਹੋ ਜਾਏਗਾ ਇਹ ਮੁਸ਼ਕਲ ਹੈ। ਇਹ ਥੋੜ੍ਹੀ ਜਿਹੀ ਗਲਤੀ ਸਾਡੇ ਖਾੜਕੂ ਦੌਰ 'ਚ ਵੀ ਵੱਡੇ ਲੈਵਲ 'ਤੇ ਕੀਤੀ, ਜਿਹੜਾ ਸਾਰਿਆਂ ਨੂੰ ਪਤਾ ਹੀ ਹੈ, ਉਸ ਲੈਵਲ 'ਤੇ ਕੀਤੀ ਹੈ। ਅਤੇ ਉੱਥੇ ਜਨਰਲ ਬ੍ਰਿਗੇਡੀਅਰ ਬਣੇ ਆ, ਅਤੇ ਉੱਥੇ ਵੀ ਜਿਹੜਾ 18ਵੀਂ ਸਦੀ ਦਾ ਕਰੈਕਟਰ ਸੀ ਉਹ ਵੀ ਉਸੇ ਤਰੀਕੇ ਨਾਲ ਰਿਪੀਟ ਨਹੀਂ ਹੋਇਆ, ਵੀ ਦਾਸ ਹੈ ਅਸੀਂ, ਸਾਡਾ ਕੋਈ ਉਸ ਕਿਸਮ ਹੈ ਨਹੀਂ, ਅਸੀਂ ਜਾਲ ਤਲੀ 'ਤੇ ਧਰ ਕੇ ਲੜਦੇ ਹਾਂ, ਕੋਈ ਵੀ ਹੋਵੇ ਅਸੂਲ ਤੁਹਾਡਾ ਕਾਸੇ ਲਈ ਲੜਨਾ ਠੀਕ ਹੋਵੇ ਜਾਂ ਗਲਤ ਹੋਵੇ, ਪਰ ਤੁਸੀਂ ਫਿਰ ਜਾਲ ਤਲੀ 'ਤੇ ਵੀ ਧਰਦੇ ਹੋ, ਫਿਰ ਵੱਡੇ ਵੱਡੇ ਅਹੁਦੇ ਵੀ ਲੈਂਦੇ ਹੋ, ਅਤੇ ਫਿਰ ਪੈਸਾ ਵੀ ਸਾਰਾ ਉਸੇ ਤਰੀਕੇ ਨਾਲ ਇਕੱਠਾ ਹੁੰਦਾ। ਇਹ ਵੀ ਕਈ ਗੱਲਾਂ ਸਾਨੂੰ ਇਸ ਸਾਰੇ ਵਿੱਚ ਸੋਚਣੀਆਂ ਪੈਣੀਆਂ। ਅਤੇ ਇਸ ਗੱਲ ਦੇ ਉੱਤੋਂ ਮੈਂ ਜਿਹੜੀ ਗੱਲ ਮੈਂ ਡਾਕਟਰ ਤੇਜਵੰਤ ਗਿੱਲੋਂ ਰਾਂ ਦੀ ਕਰਦਾ, ਇਹਨਾਂ ਨੂੰ ਮੈਂ ਇਸ ਗੱਲ ਦਾ ਇੱਕ ਪੇਜ ਦਾ ਹੀ ਇਹਦੇ ਵਿੱਚ ਨੋਟ ਹੈ ਇਹਨਾਂ ਦਾ ਸਾਰਾ, ਪਰ ਉਹਦੇ 'ਚ ਜਿਹੜੀ ਬਾਖੂਬੀ ਇਹਨਾਂ ਨੇ ਗੱਲ ਫੜੀ ਹੈ, ਜਿਹੜੀ ਕਿ ਨਹੀਂ ਫੜੀ ਜਾਂਦੀ, ਉਹ ਇਹ ਹੈ, ਦੁੱਖ ਦਾਰੂ ਸੁੱਖ ਰੋਗ ਪਿਆ ਇਹਨਾਂ ਨੇ ਲਿਖਿਆ ਗੁਰਬਾਣੀ ਦੀ ਤੁੱਕ, ਦੁੱਖ ਦਾਰੂ ਵੀ ਦੁੱਖ ਹੈ ਜਦੋਂ ਉਹ ਦਾਰੂ ਬਣ ਕੇ ਅਤੇ ਉਹਦੇ ਵਿੱਚੋਂ ਚੰਗੀਆਂ ਗੱਲਾਂ ਨਿਕਲਦੀਆਂ ਕਈ ਵਾਰ, ਅਤੇ ਇਹਨਾਂ ਨੇ ਵੀ ਲਿਖਿਆ ਵੀ ਹੁਣ ਉਹ ਜਿਹੜੀ ਗੁਰਬਾਣੀ ਦੀ ਤੁੱਕ ਹੈ ਉਹਦੇ ਮੀਨਿੰਗ ਸਿੱਖਾਂ ਲਈ ਉਹ ਨਹੀਂ ਨਿਕਲ ਰਹੇ ਜੋ ਕੁਛ ਹੁਣ ਹੋਇਆ, ਉਹ ਦੁੱਖ ਦਾਰੂ ਨਹੀਂ ਬਣ ਰਿਹਾ, ਹੁਣ ਦੀਆਂ ਮੁਸੀਬਤਾਂ ਅਤੇ ਹੁਣ ਦੇ ਬਲੱਡ ਸ਼ੈਡ ਦੇ ਵਿੱਚੋਂ ਦਾਰੂ ਬਣ ਕੇ ਕੋਈ ਚੰਗੀ ਚੀਜ਼ ਨਹੀਂ ਨਿਕਲ ਰਹੀ, ਕਿਉਂਕਿ ਹਾਲਾਤ ਬਦਲ ਗਏ, ਸਾਰਾ ਸਿਚੁਏਸ਼ਨ ਬਦਲ ਗਈ, ਬੰਦੇ ਦੇ
ਬੰਦੇ ਦੇ ਇਸ ਕਿਸਮ ਦੇ ਜੈਨੈਟਿਕ ਤਰੀਕੇ ਨਾਲ ਬਦਲਤਾ, ਉਹਦੀ ਥਿੰਕਿੰਗ ਬਦਲਤੀ, ਸਿਸਟਮ ਬਦਲਤੇ, ਅਤੇ ਅਸੀਂ ਫਿਰ ਉਹ ਪੁਰਾਣੇ ਯੁੱਗ ਵਾਲਾ 18ਵੀਂ ਸਦੀ ਵਾਲਾ ਨਹੀਂ ਲਾ ਸਕਦੇ, ਜਿਸ ਕਰਕੇ ਇਹਨਾਂ ਨੇ ਉਹ ਗੱਲ ਫੜੀ ਆ। ਹੁਣ ਵੀ ਇਹ ਸੋਚਿਆ ਜਾਂਦਾ ਵੀ ਇਹ ਜਿਹੜੀ 18ਵੀਂ ਸਦੀ ਦੇ ਲੈਵਲ 'ਤੇ ਜਿਹੜਾ ਸਾਡੇ ਇੱਥੇ ਪਹਿਲਾਂ ਖੂਨ ਖਰਾਬਾ ਹੋਇਆ, ਸਾਡੇ ਕੁਛ ਬੰਦਿਆਂ ਨੇ ਲੜਾਈ ਦਿੱਤੀ ਹੈ ਇੱਥੇ ਪੰਜਾਬ 'ਚ, ਉਹ ਵੀ ਨਹੀਂ ਉਸ ਤਰੀਕੇ ਨਾਲ ਦੇ ਸਕੇ ਜਿਵੇਂ ਹਮਾਸ ਵਾਂਗੂ ਹੁਣ ਕੋਈ ਨਵੇਂ ਤੌਰ ਤਰੀਕਿਆਂ ਨਾਲ ਹੀ ਲੜਾਈ ਦਿੱਤੀ ਜਾ ਸਕਦੀ ਹੈ ਜਾਂ ਦੇ ਦੀ ਬਣਦੀ ਹੁੰਦੀ ਹੈ। ਪੁਰਾਣੇ ਉੱਥੇ ਸਾਰਾ ਈਡੀਅਮ 18ਵੀਂ ਸਦੀ ਦਾ ਚੱਲਿਆ ਸੀ, ਅਤੇ ਇਸ ਕਰਕੇ ਸਾਨੂੰ ਇਹ ਸਾਰੀ ਗੱਲ ਇਹਨਾਂ ਨੇ ਠੀਕ ਕਿਹਾ ਵੀ ਹੁਣ ਰਿਜ਼ਲਟ ਆ ਜਿਹੜੇ ਉਹ ਬਿਲਕੁਲ ਵੱਖਰੇ ਨਿਕਲਦੇ ਆ, ਵੱਖਰੀ ਸੋਚਣੀ ਕਰਨਾ ਪੈਂਦਾ। ਅਤੇ ਮੈਂ ਇਹਨਾਂ ਦੀ ਇਸ ਗੱਲ ਦੇ ਉੱਤੋਂ ਬਿਲਕੁਲ ਮੁਤਫਿਕ ਹੈ ਵੀ ਹੁਣ ਗਿੱਲ ਸਾਹਿਬ ਦੇ ਨਾਲ ਵੀ ਇਹ ਸਾਰਾ ਕੁਛ ਹੁਣ ਉਵੇਂ ਨਹੀਂ ਨਿਕਲਣਾ ਜਿਹੜਾ ਇਹ ਸਾਰਾ ਕੁਛ ਇਹਨਾਂ ਨੇ ਕਿਹਾ, ਹੁਣ ਬਦਲ ਜਾਣਾ। ਹੁਣ ਸਮਾਂ ਤੋਂ ਹਿਸਟਰੀ ਸਾਨੂੰ ਸੋਚਣੀ ਪਊਗੀ। ਇੱਥੇ ਬੈਠੇ ਆਪਣੇ ਇਹਨਾਂ ਨਾਲ ਅੰਮ੍ਰਿਤਸਰ ਤੋਂ ਆਏ, ਇਹਨਾਂ ਨਾਲ ਕਾਫੀ ਗੱਲ ਹੋਈ ਵੀ ਹੈ, ਪਰ ਮੈਂ ਕਹਿਣਾ ਚਾਹੁੰਦਾ ਅੱਜ ਦਾ ਇੱਕ ਇੰਸੀਡੈਂਟ ਕਹਿ ਕੇ ਮੈਂ ਬੋਲਣਾ ਸੱਜਣਾ ਨੇ, ਅਤੇ ਜ਼ਿਆਦਾ ਲੰਬੀ ਗੱਲ ਨਹੀਂ। ਉਹ ਹੁਣ ਜਿਹੜਾ ਇੱਕ ਇੰਸੀਡੈਂਟ ਆ ਅੱਜ ਇੰਡੀਅਨ ਐਕਸਪ੍ਰੈਸ 'ਚ ਛਪਿਆ ਵੀ ਆ ਉਹ ਸਾਰਾ, ਵੀ ਜਦੋਂ ਅੰਗਰੇਜ਼ਾਂ ਨੇ ਬ੍ਰਿਟਿਸ਼ ਨੇ ਕਿਸ ਤਰੀਕੇ ਨਾਲ ਇੱਥੇ ਕਮਿਊਨੀਲਾਈਜ਼ ਵੀ ਕੀਤਾ, ਆਪਦੀ ਲੋੜ ਲਈ ਵੰਡੀ ਵੀ ਸੁਸਾਇਟੀ ਦੋ ਤਿੰਨ ਹਿੱਸਿਆਂ ਦੇ ਵਿੱਚ, ਉਹਦਾ ਇੱਕ ਜਿਹੜਾ ਸੋਮਨਾਥ ਦੇ ਮੰਦਰ ਦਾ ਇੰਸੀਡੈਂਟ ਦਿੱਤਾ, ਉਹ ਬਹੁਤ ਸੋਹਣਾ ਉਹਨਾਂ ਨੇ ਉਹਨੇ ਲਿਖਿਆ ਵੀ ਜਿਹੜਾ 1842 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਜੰਗ ਹੋਇਆ, ਅਤੇ ਇਹ ਸਭ ਨੂੰ ਪਤਾ ਹਿਸਟਰੀ ਦਾ ਵੀ ਉੱਥੇ ਕੋਈ ਵੀ ਮੁੜਿਆ ਨਹੀਂ, ਸਾਰੇ ਮਾਰੇ ਗਏ ਜਿੰਨੇ ਬ੍ਰਿਟਿਸ਼ ਦੇ ਫੌਜੀ ਸੀ ਸਾਰੇ। ਇੱਕ ਡਾਕਟਰ ਸੀ ਕਹਿੰਦੇ ਵੀ ਜਿਹੜਾ ਇਹ ਸੂਚਨਾ ਦੇਣ ਆਇਆ ਵੀ ਇੱਥੇ ਇੰਨਾ ਵੱਡਾ ਨੁਕਸਾਨ ਹੋਇਆ, ਹੋਰ ਕੋਈ ਬਚਿਆ ਨਹੀਂ ਸੀ, ਅਤੇ ਉਹਦੇ ਬਾਰੇ ਡਾਰਲਿੰਪਲ ਕਾਫੀ ਵੱਡਾ ਡਿਟੇਲ 'ਚ ਲਿਖਦਾ। ਪਰ ਉਹਦੀ ਇੱਕ ਗੱਲ ਜ਼ਰੂਰ ਹੈ ਵੀ ਜਦੋਂ ਇੱਥੇ ਆਏ ਤਾਂ ਬੜੀ ਬੇਇੱਜ਼ਤੀ ਸੀ ਬ੍ਰਿਟਿਸ਼ ਦੀ, ਸਾਰੇ ਦੇਸ਼ ਦੇ ਵਿੱਚ ਤਾਂ ਉਹਨਾਂ ਦੇ ਕੋਲ ਕਬਜ਼ਾ ਸੀ, ਉਹਨਾਂ ਨੇ ਆਪਦੀ ਇਨਸਲਟ ਨੂੰ ਆਪਦੀ ਬੇਇੱਜ਼ਤੀ ਨੂੰ ਛੁਪਾਉਣ ਦੇ ਲਈ ਅਤੇ ਮੁਸਲਮਾਨਾਂ ਦੇ ਵਿਰੁੱਧ ਉਸ ਕਿਸਮ ਦਾ ਇੱਕ ਨੈਰੇਟਿਵ ਖੜ੍ਹਾ ਕਰਤਾ, ਜਿਹੜਾ ਇਹਨਾਂ ਦਾ ਮੈਂ ਲੈਂਗੁਏਜ ਵਰਡ ਯੂਜ਼ ਕਰਦਾ, ਨੈਰੇਟਿਵ ਖੜ੍ਹਾ ਕਰਤਾ, ਉਹ ਕਰਤਾ 1842 'ਚ ਐਲਨ ਬਰੋ, ਉਦੋਂ ਵਾਇਸ ਰਾਏ ਸੀ, ਅਤੇ ਉਹਨੇ ਫਿਰ ਸਾਰੇ ਉਸ ਵੇਲੇ ਦੇ ਰਾਜੇ ਸੀ ਜਿਹੜੇ ਰਾਜੇ ਸਟੇਟਾਂ ਵਾਲੇ ਉਹਨਾਂ ਨੂੰ, ਅਤੇ ਜਿਹੜੀ ਸਟੇਟ ਦੇ ਵਿੱਚ ਹੋਰ ਚੀਫ ਮਿਨਿਸਟਰ ਵਗੈਰਾ ਜਾਂ ਉਦੋਂ ਦੇ ਗਵਰਨਰ ਜਨਰਲ ਸੀ, ਚਿੱਠੀਆਂ ਲਿਖੀਆਂ ਥੱਲੇ ਤੱਕ ਵੀ ਹੁਣ ਅਸੀਂ ਬੇਸ਼ੱਕ ਉੱਥੇ ਸਾਡਾ ਬਹੁਤ ਨੁਕਸਾਨ ਹੋਇਆ ਅਫਗਾਨਿਸਤਾਨ 'ਚ, ਪਰ ਅਸੀਂ ਜਿਹੜੀ ਇਨਸਲਟ ਹੋਈ ਸੀ 800 ਸਾਲ ਜਿਹੜੀ ਇਨਸਲਟ ਕਰਦੇ ਰਹੇ ਉੱਥੋਂ ਦੇ ਇਨਵੇਡਰ ਕਰਦੇ ਰਹੇ ਆ, ਅਸੀਂ ਉਹਨਾਂ ਦਾ ਬਦਲਾ ਲੈ ਲਿਆ। ਸੋਮਨਾਥ ਦੇ ਮੰਦਰ ਦੇ ਅਸੀਂ ਦਰਵਾਜ਼ੇ ਲੈ ਆਏ ਹਾਂ ਉੱਥੋਂ, ਜਿਹੜੇ ਚੰਦਨ ਦੇ ਦਰਵਾਜ਼ੇ ਸੀ, ਤਾਂ ਫਿਰ ਉੱਥੋਂ ਸੋਮਨਾਥ ਦਾ ਮੰਦਰ ਇਹ ਕੋਈ ਦਰਵਾਜ਼ੇ ਨਹੀਂ ਸੀ ਲਿਆਇਆ, ਕੁਛ ਨਹੀਂ ਸੀ, ਇਹ ਕਹਾਣੀ ਇੱਕ ਮਿੱਥ ਖੜੀ ਕਰਤੀ ਜਿਹਦੇ ਵਿੱਚੋਂ ਫਿਰ ਅੱਜ ਦੀ ਮਿੱਥ ਫਲੋ ਹੁੰਦੀ ਹੈ ਵੀ ਸੋਮਨਾਥ ਦੇ ਮੰਦਰ ਨੂੰ 1850 ਦੇ ਵਿੱਚ ਆਜ਼ਾਦੀ ਤੋਂ ਬਾਅਦ ਮਨਾਇਆ ਗਿਆ। ਕੈਬਨਿਟ ਨੇ ਫੈਸਲਾ ਕੀਤਾ ਵੀ ਆਪਾਂ ਖਰਚ ਕਰਨਾ, ਅਤੇ ਉਸ ਵੇਲੇ ਦੀ ਸ਼ਰਾਸ਼ਟਰਾ ਗੌਰਮੈਂਟ ਨੇ ਵੀ 5 ਲੱਖ ਪੈਸੇ ਦਿੱਤੇ, ਨਹਿਰੂ ਨੇ ਅਪੋਜੀਸ਼ਨ ਕੀਤੀ, ਇਹ ਸਾਰੀਆਂ ਕਹਾਣੀਆਂ ਦਾ ਪਤਾ ਹੀ ਹੈ। ਪਰ ਇਹ ਆ ਵੀ ਉਸ ਦੇ ਵਿੱਚੋਂ ਜਿਹੜਾ ਉਹ ਮਿੱਥ ਹੈ ਬੜੀਆਂ ਮਾੜੀਆਂ ਹਿਸਟੋਰੀਕਲ, ਉਹਦੇ ਵਿੱਚੋਂ ਹੀ ਅੱਜ ਫਲੋ ਹੋ ਰਿਹਾ ਰਾਮ ਮੰਦਰ। ਸੋ ਇਹ ਸਾਨੂੰ ਹਿਸਟਰੀ ਨੂੰ ਸਾਰੀ ਨੂੰ ਇਸ ਤਰੀਕੇ ਨਾਲ ਵੀ ਵਾਚਣਾ ਪਊਗਾ ਵੀ ਇਹ ਸਾਰੀਆਂ ਮਿੱਥਾਂ ਕਿਵੇਂ ਖੜੀਆਂ ਹੋਈਆਂ, ਕਿਉਂ ਹੋਈਆਂ, ਅਤੇ ਇਹਦੀ ਉਮੀਦ ਅਸੀਂ ਸਾਰੇ ਜਿਹੜੇ ਵਿਦਵਾਨ ਲੋਕ ਹੈ ਜਾਂ ਉਸ ਪੱਧਰ ਦੇ ਲੋਕ ਹੋ ਸਕਦੇ ਆ ਜਿਹੜੇ ਸੰਤ ਸਿੰਘ ਸੇਖੋ ਸਾਹਿਬ ਸਨ ਜਾਂ ਤਾਤਲਾ ਜੀ ਸਨ, ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਵੀ ਉਹ ਕਰਨਗੇ। ਇਸ ਕਰਕੇ ਆ ਜਿਹੜੀ ਕਿਤਾਬ ਹੈ ਉਸ ਨਜ਼ਰੀਏ ਤੋਂ ਬਹੁਤ ਮੁੱਢਲੀ ਹੈ, ਇਹ ਕਈ ਇਨਸਾਈਟਸ ਦਿੰਦੀ ਆ ਜਿਹਦੇ ਬਾਰੇ ਅਸੀਂ
ਅੱਗੇ ਸੋਚ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ। ਧੰਨਵਾਦ, ਸ਼ੁਕਰੀਆ ਜੀ।